ਤੁਸੀਂ ਦੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂ ਵਾਲੀਆ 6:30 ਵਜੇ ਜਦ ਇਹ ਪ੍ਰੋਗਰਾਮ ਆਉਂਦਾ ਹੈ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ 골ਡ ਦੀ ਦੁਨੀਆ ਦੇ ਵਿੱਚ ਲੈ ਕੇ ਜਾਈਏ ਔਰ ਅਸੀਂ ਹਮੇਸ਼ਾ ਤੁਹਾਨੂੰ ਨਵੀਂ ਐਸੈਸਰੀਜ਼ ਔਰ ਨਵੇਂ ਡਿਜ਼ਾਈਨਸ 골ਡ ਦੇ ਉਹ ਵਿਖਾਉਨੇ ਆ ਅੱਜ ਅਸੀਂ ਸਟੂਡੀਓ ਦੇ ਵਿੱਚ ਲਾਈਵ ਆ ਤੁਸੀਂ ਵੀ ਕਾਲ ਕਰਕੇ ਸਾਨੂੰ ਆਪਣੀ ਗੱਲ ਕਰ ਸਕਦੇ ਹੋ ਜੇਕਰ ਤੁਸੀਂ ਕਰਨਪਾਜੀ ਹੋਰਾਂ ਨੂੰ ਮਿਲ ਕੇ ਆਇਓ ਜੈਕਸਨ ਹਾਈਟਸ ਨਿਊਯਾਰਕ ਤਾਂ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਉਹ ਆਪਣਾ ਵੀ ਫੀਡਬੈਕ ਦੇ ਸਕਦੇ ਹੋ गोल्ड ਦੇ ਵਿੱਚ ਤੁਹਾਡੀ ਕੀ ਰਿਕੁਆਇਰਮੈਂਟ ਹੈ ਘਰ ਦੇ ਵਿੱਚ ਕੋਈ ਵੈਡਿੰਗ ਆ ਰਹੀ ਹੈ ਜਾਂ ਫਿਰ ਕੋਈ ਹੋਰ ਪ੍ਰੋਗਰਾਮ ਆ ਰਿਹਾ ਹੈ ਤੁਸੀਂ ਬਾਇ ਕਰਨਾ ਚਾਹੁੰਦੇ ਹੋ 골ਡ ਐਸੈਸਰੀਜ਼ ਜਾਂ ਫਿਰ 골ਡ ਜੁਐਲਰੀ ਇਨ ਗੁੱਡ ਪ੍ਰਾਈਸ ਇਹਦੇ ਲਈ ਤੁਹਾਨੂੰ ਜਾਣਾ ਪੈਣਾ ਹੈ ਜੀ ਕੁਨਾਲ ਜੁਐਲਰਸ ਔਰ ਪੁੱਛਣਾ ਪੈਣਾ ਹੈ ਕਰਨ ਨੂੰ ਜਾ ਕੇ ਬਾਇ 골ਡ ਨਾਓ ਐਂਡ ਆਸਕ ਕਰਨ ਹਾਉ ਆਓ ਸਿੱਧਾ ਲੈ ਕੇ ਚੱਲਦੇ ਹਾਂ ਜੈਕਸਨ ਹਾਈਟਸ ਨਿਊਯਾਰਕ ਜਿੱਥੇ ਸਾਡੇ ਨਾਲ ਮੌਜੂਦ ਹਨ ਕਰਨ ਔਰ ਦੱਸਣਗੇ ਕਿ ਕੀ ਕੁਝ 골ਡ ਦੀ ਦੁਨੀਆ ਦੇ ਵਿੱਚ ਚੱਲ ਰਿਹਾ ਹੈ ਔਰ ਕਿਵੇਂ ਜਿਹੜੀ ਬ੍ਰਾਈਡਲ ਹੈ ਉਹ ਚਾਰ ਚੰਦ ਲਾਏਗੀ ਆਪਣੇ ਆਉਣ ਵਾਲੇ ਆਨੰਦ ਕਾਰਜ ਦੇ ਵਿੱਚ ਸਿੱਧਾ ਲੈ ਕੇ ਚਲਦੇ ਹਾਂ ਜੈਕਸਨ ਹਾਈਟਸ ਕਰੰਟ ਵੀ ਵੈਲਕਮ ਯੂ ਐਂਡ ਅੱਜ ਅਸੀਂ ਤੁਹਾਨੂੰ ਕੈਚ ਕਰ ਲਿਆ ਕਟੋ ਕਟ ਇੱਕ ਮਹੀਨੇ ਬਾਅਦ ਤੁਹਾਡੇ ਤੋਂ ਅਪਾਇੰਟਮੈਂਟ ਲੈਣੀ ਔਰ ਇੱਕ ਪ੍ਰਾਈਮ ਮਿਨਿਸਟਰ ਤੋਂ ਅਪਾਇੰਟਮੈਂਟ ਲੈਣੀ ਦੋਨਾਂ ਦੇ ਵਿੱਚ ਸਮੇਂ ਲੱਗਦਾ ਸਸੇਕਰ ਹਾਰਕੀਤ ਕੀ ਹਾਲ ਹੈ ਸਾਰ ਗੁੱਡ ਹਾਊ ਆਰ ਯੂ ਗੁੱਡ ਗੁੱਡ ਸਭ ਠੀਕ ਹੈ ਓਕੇ ਕੀ ਕੁਝ ਅਪਡੇਟਸ ਨੇ 골ਡ ਦਾ ਰੇਟ ਕਿੱਥੇ ਗਿਆ ਹਾਂਜੀ ਜਸ ਪੰਜਾਬੀ ਨੇ ਮੈਨੂੰ ਬਿਜ਼ੀ ਬਹੁਤ ਕਰਤਾ ਹੈ ਅੱਛਾ ਬਿਜ਼ੀ ਹੋ ਗਏ ਥੈਂਕ ਯੂ ਕਿ ਤੁਸੀਂ ਬਿਜ਼ੀ ਹੋਇਓ ਔਰ ਰੱਬ ਕਰੇ ਅੱਗੇ ਵੀ ਤੁਸੀਂ ਬਿਜ਼ੀ ਰਹੋ ਔਰ ਤੁਸੀਂ ਨਵੀਂ ਐਸੈਸਰੀਜ਼ ਔਰ ਨਵੀਂ 골ਡ ਜੁਐਲਰੀ ਸਾਨੂੰ ਤੇ ਸਾਡੇ ਸਾਰੇ ਦਰਸ਼ਕਾਂ ਨੂੰ ਵਿਖਾਉਂਦੇ ਰਹੋ ਆ ਟੀਵੀ ਸਕਰੀਨ ਦੇ ਉੱਤੇ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦਵਾਂ ਕਿ ਇਹ ਜਿਹੜੀ 골ਡੀ ਜੁਐਲਰੀ ਹੈ ਇਹ ਲੇਟੈਸਟ ਡਿਜ਼ਾਈਨਸ ਇਸ ਟਾਈਮ ਅਵੇਲੇਬਲ ਨੇ ਕੁਨਾਲ ਜੁਐਲਰਜ਼ ਦੇ ਕੋਲ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬੇਸ਼ੁਮਾਰ ਹਾਰ ਜਿਹੜੇ ਨੇ ਉਹ ਚਾਰ ਚੰਦ ਲਾਉਣਗੇ ਜਿੱਕਰ ਬ੍ਰਾਈਡਲ ਆਪਣੇ ਗਲੇ ਦੇ ਵਿੱਚ ਪਾਉਂਦੀ ਹੈ ਹਾਂ ਇਹ ਨੈਕਲੇਸਿਸ ਇਅਰਿੰਗਸ অর ਸਪੈਸ਼ਲ ਜਿਹੜੇ ਇਹਨਾਂ ਦੇ ਕਸਟਮਾਈਜ਼ਡ ਕੜੇ ਤੇ ਹੋਰ ਇਹਨਾਂ ਦੀਆਂ ਜਿਹੜੀਆਂ ਸਪੈਸ਼ਲ ਜੁਐਲਰੀਆਂ ਹਨ ਉਹ ਕੋਨਾਲ ਜੁਐਲਰਸ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲਦੀ ਹੈ ਕੀ ਕੁਝ ਨਵਾਂ ਡਿਜ਼ਾਈਨ ਚੱਲ ਰਿਹਾ ਔਰ ਰੇਟ ਦੀ ਗੱਲ ਕਰੀਏ ਰੇਟ ਉੱਤੇ ਹੈ ਥੱਲੇ ਪ੍ਰਾਈਸ ਵਾਲੇ ਉੱਪਰ ਹੀ ਜਾ ਰਹੇ ਆ ਫਿਰ ਵਾਪਸ ਆਪਣੇ ਲੈਵਲ ਤੇ ਆ ਰਹੇ ਆ ਪਰ ਜਾਂਦੀ ਫਿਰ ਚਾਂਸਸ ਹੈਗੇ ਨੇ ਆ ਸੋ ਚਾਂਸ ਲੈ ਲੋ ਇਸ ਵੀਕਐਂਡ ਤੇ ਆ ਕੇ ਇਸ ਵੀਕ ਆ ਕੇ ਅਸੀਂ ਜੋ ਅੱਜ ਦਾ ਪ੍ਰਾਈਜ਼ ਹੈ ਉਹ ਜਸ ਪੰਜਾਬੀ ਦੇ ਈਵਰਸ ਨੂੰ ਉੱਪਰ ਵੀ ਪ੍ਰਾਈਜ਼ ਚਲੇ ਗਿਆ ਅਸੀਂ ਤਦ ਵੀ ਕੋਈ ਪ੍ਰਾਈਜ਼ ਦਾਂਗੇ ਜੋ ਅੱਜ ਦਾ ਸੋ ਤੁਸੀਂ ਆਓ ਐਂਡ ਮੌਕੇ ਦਾ ਯੂ نو ਚਾਂਸ ਲੈ ਲੋ ਵਿਚ ਇਜ਼ ਦਾ ਕੀ ਬਾਤ ਹੈ ਸੋ ਜੇਕਰ ਪ੍ਰਾਈਜ਼ ਉੱਤੇ ਵੀ ਚਲਾ ਗਿਆ ਜਸ ਪੰਜਾਬੀ ਦੇ ਈਵਰਸ ਨੂੰ ਸਿਰਫ 516 थ्री जीरो वन जीरो सैवन सैवन पर वट्सएप के उ कॉल मिलानी है या फिर इन्होंने स्टोर से कॉल मिलाओ सैवन वन एट फोर सैवन एट सैवन टू जीरो जीरो कुनाल ज्वेल्स डॉट कॉम के उ लॉग इन करके भी तुसी शिप करवा हो शिपिंग की भी गरंटी बकायदा इन्हों और फ्री शिपिंग जी है घर तो तक पहुँचती है जब तक घर तो तक माल नहीं पहुँचता उस टाइम तक कुनाल ज्वेलरस की गरंटी होंगी है ए जैक्सन हाइट्स विखे है ਆਪਣੇ ਆਪ ਚ ਇੱਕ ਮਾਈਲਸਟੋਨ ਕ੍ਰੀਏਟ ਕਰ ਰਿਹਾ ਹੈ ਕਿਉਂਕਿ ਜੈਕਸਨ ਹਾਈਟਸ ਉਹ ਬੀਜ਼ੀ ਸਟੋਰ ਹੈ ਜੈਕਸਨ ਹਾਈਟ ਉਹ ਬੀਜ਼ੀ ਸਟਰੀਟ ਹੈ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਇਹ ਸਟੋਰ ਜਿਹੜਾ ਹੈਗਾ ਬਕਾਇਦਾ ਮੌਜੂਦ ਹੈ ਇਸ ਟਾਈਮ ਲਾਈਵ ਤਸਵੀਰਾਂ ਤੁਸੀਂ ਇਸ ਕਨਾਲ ਜੁਵਲਰਸ ਦੀ ਵੇਖ ਰਹੇ ਹੋ ਸਾਡੀ ਟੀਮ ਜਿਹੜੀ ਹੈ ਉਹ ਬਕਾਇਦਾ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਸੋਨਾ ਹੱਥ ਦੇ ਵਿੱਚ ਜਿਹੜਾ ਕੰਗਣ ਹੈਗਾ ਇਹ ਕੜਾ ਹੈਗਾ ਇਹ ਭਾਜੀ ਨੇ ਫੜਿਆ ਹੋਇਆ ਮੈਨੂੰ ਪਤਾ ਤੁਹਾਡਾ ਮਨ ਕਰ ਰਿਹਾ ਸਾਰਿਆਂ ਦਾ 7184787200 ਕਾਲ ਮਿਲਾਓ ਜਾਂ ਫਿਰ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ ਔਰ ਕਰਨ ਹੋਰਾ ਨੂੰ ਡਿਜ਼ਾਈਨਸ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸਟੂਡੀਓ ਤੇ ਵੀ ਕਾਲ ਮਿਲਾ ਸਕਦੇ ਹੋ ਇਸ ਟਾਈਮ ਟੀਵੀ ਦੇ ਉੱਤੇ ਨੰਬਰ ਚੱਲ ਰਿਹਾ ਹੈ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਕਰਨ ਹੋਰਾ ਨਾਲ ਵੀ ਗੱਲ ਕਰ ਸਕਦੇ ਹੋ ਵਿਆਹ ਦਾ ਸੀਜ਼ਨ ਜਿਹੜਾ ਹੈਗਾ ਕਰਨ ਹੁਣ ਬਸ ਸ਼ੁਰੂ ਹੋਣ ਵਾਲਾ ਹੈ یا پھر اگے جڑے ویڈنگ سیزن انے والا ہے کی کچھ ਤੁਹਾਨੂੰ ਲੱਗਦਾ ਕਿ ਜਿਹੜੇ ਤੁਹਾਡੇ ਬਰਾਇਡਲਸ ਨੇ ਜਾਂ ਫਿਰ ਜਿਹੜੇ ਫੈਮਲੀ ਮੈਂਬਰਸ ਨੇ ਕੀ ਕੁਝ ਡਿਮਾਂਡ ਕਰ ਰਹੇ ਨੇ ا ڈیمانڈ ائی ہے کہ برائیڈل ਦਾ ਜੋ نیکلیس چوڑیاں اور ٹਿੱਕਾ ਨਾਲ ਹੁੰਦਾ ਹੈ ਇਹ ਸਾਰੀਆਂ ਚੀਜ਼ਾਂ ਮਿਲਾ ਕੇ پورا ਸੈਟ ਚਾਹੀਦਾ ਹੁੰਦਾ ਸੋ ਮੇਨ ਤੇ ਪ੍ਰਾਈਸ ਹੈ ਤੇ ਪਲਸ ਫੇਰ ਉਸ ਤੋਂ ਬਾਅਦ ਡਿਜ਼ਾਈਨ ਹੈ ਅਸੀਂ ਡਿਜ਼ਾਈਨ ਪ੍ਰਾਈਜ਼ਿੰਗ ਅਸੀਂ ਉਹ ਮੈਂ ਕਹਾਂ ਤੁਹਾਨੂੰ ਕਿ ਆਈ ਵਿਲ ਕੀਪ ਸੇਮ ਪ੍ਰਾਈਸ ਫॉर ਟੁਡੇ ਪ੍ਰਾਈਸ ਐਂਡ ਜੋ ਪੂਰਾ ਵੀਕ ਉੱਪਰ ਵੀ ਚੱਲ ਜਾਈ ਅਸੀਂ ਪੂਰੇ ਗਾਰੰਟੀ ਦਾਂਗੇ ਕਿ ਕਸਟਮਰਸ ਨੂੰ ਕੋਈ ਵੀ ਆਂਦਾ ਹੈ ਜਸ ਪੰਜਾਬੀ ਨੂੰ ਰეკਮੈਂਡ ਕੋਈ ਵੀ ਕਰਦਾ ਐਂਡ ਮੈਂਸ਼ਨ ਕਰਦਾ ਹੈ ਪ੍ਰਾਈਸ ਸਾਡਾ ਗਾਰੰਟੀਡ ਰਹੇਗਾ। ਕੀ ਬਾਤ ਹੈ ਜੀ ਲੇਬਰ ਡੇ ਸੇਲ ਜਿਹੜੀ ਹੈ ਉਹ ਬਕਾਇਦਾ ਤੁਸੀਂ ਕੁਨਾਲ ਡਾਲਰਸ ਜਾ ਕੇ ਅਵੇਲ ਕਰ ਸਕਦੇ ਹੋ। ਔਰ ਐ ਸਪੈਸ਼ਲ ਵੂਮਨਸ ਡੇ ਦੇ ਉਤੇ ਵੀ ਇਹ ਦੋ ਵੀਕ ਸੇਲ ਰਹਿਣਗੀ ਜੇਕਰ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਜਾਂ ਫਿਰ ਆਪਣੀ ਵਾਈਫ ਨੂੰ ਜਾਂ ਫਿਰ ਹਸਬੰਡ ਜਿਹੜੇ ਨੇ ਉਹ ਆਪਣੀ ਵਾਈਫ ਨੂੰ ਗਿਫਟ ਦੇਣਾ ਚਾਹੁੰਦੇ ਹਨ ਔਰ ਜਿਹੜੇ ਫਿਅਾਂਸੀ ਅਗਰ ਕਿਸੇ ਦੀ ਹੈਗੀ ਹੈ ਉਹ ਤੁਸੀਂ ਕਿ ਨੂੰ 골ਡ 체ਨ ਦੇਣਾ ਚਾਹੁੰਦੇ ਹੋ ਲੋਕੇਟਸ ਦੇਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਬ੍ਰੇਸਲਟਸ ਦੇਣਾ ਚਾਹੁੰਦੇ ਹੋ ਇੱਕ ਦੂਜੇ ਨੂੰ ਗਿਫਟ ਦੇ ਸਕਦੇ ਹੋ ਜੀ ਇਹ ਸਾਰੀਆਂ ਔਮੈਨਸ ਬ੍ਰੇਸਲਟ ਨੇ ਬਿਲਕੁਲ ਬਹੁਤ ਯੂਨੀਕ ਜੇ ਡਿਜ਼ਾਈਨਸ ਜਿਹੜੇ ਨੇ ਮੈਨ ਬ੍ਰੈਸਲਰਸ ਦੇ ਵਿੱਚ ਵੀ ਵੇਖਣ ਨੂੰ ਮਿਲ ਰਹੇ ਨੇ ਔਰ ਜਿਹੜੇ ਲੋਕੇਟਸ ਨੇ ਤੁਹਾਡੇ ਅਲਫਾਬੈਟ ਦੇ ਹਿਸਾਬ ਨਾਲ ਉਹ ਵੀ ਤੁਸੀਂ ਲੈ ਸਕਦੇ ਹੋ H R V G S K M T ਜੋ ਵੀ ਤੁਹਾਨੂੰ ਤੁਹਾਡਾ ਅਲਫਾਬੈਟ ਹੈ ਉਹਦਾ ਵੀ ਬਕਾਇਦਾ ਤੁਹਾਨੂੰ ਜਿਹੜਾ ਲੋਕੇਟਸ ਨੇ ਉਹ ਦਿੱਤੇ ਜਾਂਦੇ ਹਨ ਇਹ ਵੀ ਤੁਸੀਂ ਕਿਸੇ ਨੂੰ ਗਿਫਟ ਕਰ ਸਕਦੇ ਹੋ ਕਰਨ ਭਾਜੀ ਅੱਜ ਕੱਲ ਬੜਾ ਟ੍ਰੈਂਡ ਦੇ ਵਿੱਚ ਆ ਗਿਆ ਲੋਕੇਟ ਦਾ ਬਿਲਕੁਲ ਬਿਲਕੁਲ ਅਸੀਂ ਨੇਮ ਪਲੇਟਸ ਵੀ ਬਣਾਉਂਦੇ ਆ ਲਾਈਕ ਤੁਸੀਂ ਆਪਣੇ ਨਾਮ ਦਾ ਪੂਰਾ ਨੇਮ ਪਲੇਟ ਬਣਾਉਣੀ ਹੈ ਅਸੀਂ ਉਹ ਵੀ ਡਿਜ਼ਾਈਨ ਕਰਕੇ ਦੇ ਦਿੰਨੇ ਆ ਚੇਨ ਦੇ ਨਾਲ ਲੋਕੇਟ ਪੂਰਾ ਹੈਵੀ ਇੱਕ ਟ੍ਰੈਂਡ ਚੱਲ ਰਿਹਾ ਹੈ ਫੋਰ ਲੌਂਗ ਟਾਈਮ ਬਟ ਫਿਰ ਵਾਪਿਸ ਉਹ ਚੀਜ਼ ਆ ਗਈ ਇੱਕ ਟ੍ਰੈਂਡ ਭਾਜੀ ਹੋਰ ਵੀ ਦੇਖਿਆ ਪਹਿਲਾਂ ਤਾਂ ਮੈਨੂੰ ਪਤਾ ਸੀ ਕਿ ਅਸੀਂ ਵੇਖਦੇ ਵੀ ਸੀਗੇ ਕਿ ਆਮ ਜਿਹੜੇ ਸਾਡੇ ਹਿਊਮਨ ਬੀਿੰਗ ਨੇ ਉਹ 골ਡ ਪਾਉਂਦੇ ਨੇ ਪਰ ਅੱਜ ਕੱਲ ਲੋਕ ਆਪਣੇ ਪੈਟਸ ਨੂੰ ਵੀ 골ਡ ਪਵਾਉਣ ਲੱਗ ਪਏ ਨੇ ਬਿਲਕੁਲ ਸਹੀ ਗੱਲ ਹੈ ਉਹ ਹੁਣ ਅਸੀਂ ਬੈਲਟ ਬਣਾਉਣ ਲੱਗ ਗਏ ਉਹਨਾਂ ਦੀ ਯੂ ਨੋ ਐਂਡ ਚੇਨ ਬਣਾਉਣ ਲੱਗ ਗਏ ਉਹਨਾਂ ਦੀ ਸੋ ਉਹ ਵੀ ਚੀਜ਼ ਸਪੈਸ਼ਲ ਤੇ ਉਹ ਵੀ ਨੇ ਉਹਨਾਂ ਦੇ ਘਰ ਦੇ ਮੈਂਬਰ ਹੀ ਨੇ ਸੋ ਉਹਨਾਂ ਦੇ ਵਾਸਤੇ ਵੀ ਚੀਜ਼ ਬਣਾਣੀ ਹੁੰਦੀ ਹੈ ਅੱਛਾ ਤੇ ਉਹ ਵੀ ਤੁਸੀਂ ਕੁਨਾਲ ਜਲ ਜਿਹੜੀ ਉਹ ਵੀ ਬਣਾ ਕੇ ਦਿੰਦੀ ਜੇਕਰ ਕਿਸੇ ਦੇ ਘਰ ਦੇ ਵਿੱਚ ਪੈਟ ਹੈ ਤੁਸੀਂ ਉਹਨਾਂ ਨੂੰ ਸੰਗਲ ਦੀ ਵਜਾਇ ਗੋਲ ਦੇ ਸੰਗਲ ਪਾਣਾ ਚਾਹੁੰਦੇ ਹੋ ਤਾਂ ਉਹ ਵੀ ਤੁਹਾਨੂੰ ਕੁਨਾਲ ਜਲ ਜਿਹੜੀ ਹੈ ਅਵੇਲੇਬਲ ਕਰਾਉਂਦੀ ਹੈ ਔਰ ਕਰਨ ਭਾਈ ਹੋਰਾਂ ਨੂੰ ਤੁਸੀਂ ਕਾਲ ਕਰ ਸਕਦੇ ਹੋ ਜੀ ਗੋ ਹੈਡ ਭਾਜੀ ਕੀ ਕਹਿ ਰਹੇ ਹੋ ਤਾਂ ਮੈਂ ਕਹਿ ਰਿਹਾ ਸੀ ਕਿ ਜਿਵੇਂ ਚੇਨਸ ਦੇਖ ਰਹੇ ਹੋ ਈਅਰਿੰਗਸ ਦੇਖ ਰਹੇ ਹੋ ਇਹ ਸਾਰੀਆਂ ਹੁਣ ਡਿਫਰੈਂਟ ਪੈਟਰਨਸ ਦੇ ਅੰਦਰ ਵੀ ਆ ਰਹੀ ਹੈ ਸੋ ਚੁੰਕਾ ਹੋ ਗਿਆ ਚੁੰਕੇ ਦਾ ਹੁਣ ਪਹਿਲੇ ਇੱਕ ਸਟਾਈਲ ਆਂਦਾ ਸੀ ਹੁਣ ਡਿਫਰੈਂਟ ਡਿਫਰੈਂਟ ਸਟਾਈਲ ਆ ਗਏ ਨੇ ਉਹ ਸਕਰੀਨ ਤੇ ਤੁਸੀਂ ਸਾਰੇ ਦੇਖ ਰਹੇ ਹੋ ਤੇ ਇਹ ਪੈਟਰਨਸ ਦੇਖ ਲਓ ਪਹਿਲੇ ਇੱਕ ਸਟਾਈਲ ਚੁੰਕੀ ਦਾ ਆਂਦਾ ਸੀ ਹੁਣ ਸ਼ੈਂਡਲੀ ਆ ਗਿਆ ਕਹਿੰਦੇ ਚੁੰਕਾ ਗिरा रे ਬਰੇਲੀ ਕੇ ਬਾਜ਼ਾਰ ਮੈਂ ਅੱਜ ਇਹ ਜਿਹੜਾ ਬਾਜ਼ਾਰ ਹੈ ਜੈਕਸਨ ਹਾਈਟ ਦਾ ਬਾਜ਼ਾਰ ਹੈ ਨਿਊਯਾਰਕ ਦੇ ਵਿੱਚ ਇੱਥੇ ਹੁਣ ਚੇਂਜ ਦੇਖੋ ਤੁਸੀਂ ਟੂ ਟੋਨ ਵਿੱਚ ਹੈਗੀ ਹੈ ਐਂਡ ਸਾਰਾ ਵਰਕ ਇੱਕ ਇੱਕ ਲੇਜ਼ਰ ਕਟਿੰਗ ਦੇ ਨਾਲ ਕੀਤਾ ਹੈ ਸੋ ਅੱਜਕੱਲ ਜੀ ਜੋ ਟੈਕਨੋਲੋਜੀ ਹੈ ਉਹ ਅਸੀਂ ਹੁਣ ਯੂਜ਼ ਕਰ ਰਹੇ ਹਾਂ ਨਾ ਕਿ ਮੋਸਟਲੀ ਪਹਿਲੇ ਹੁੰਦਾ ਸੀ ਹੈਂਡ ਹੈਂਡਵਰਕ ਹੁੰਦਾ ਸੀ ਹੁਣ ਅੱਜਕਲ ਦੀ ਟੈਕਨੋਲੋਜੀ ਨੇ ਬਿਲਕੁਲ ਸਾਰਾ ਜੁਐਲਰੀ ਨੂੰ ਇੱਕਦਮ ਔਰ ਬਿਊਟੀ ਦਿਖਾਤੀ ਹੋ ਰਹੀ ਸੋ ਐਜ ਇਸ ਦਾ ਬੈਨੀਫਿਟ ਲੋਨ ਡਿਫਰੈਂਟ ਡਿਫਰੈਂਟ ਚੀਜ਼ਾਂ ਆ ਰਹੀਆਂ ਨੇ ਹੁਣ ਮਾਰਕੀਟ ਦੇ ਅੰਦਰ ਬਿਲਕੁਲ 516301 0771 ਦੇ ਉੱਤੇ ਕਾਲ ਕਰਕੇ ਤੁਸੀਂ WhatsApp ਕਰ ਸਕਦੇ ਕੋਈ ਵੀ ਤਸਵੀਰ ਤੁਹਾਨੂੰ ਪਸੰਦ ਆ ਜਾਂ ਫਿਰ ਤੁਸੀਂ 7184787200 ਤੇ ਇਹਨਾਂ ਦੇ ਸਟੋਰ ਤੇ ਕਾਲ ਕਰ ਸਕਦੇ ਹੋ ਆਪਣੀ ਅਪਾਇੰਟਮੈਂਟ ਹੁਣੇ ਬਣਾਓ ਲੇਬਰ ਡੇ ਸਪੈਸ਼ਲ ਸੇਲ ਜਿਹੜੀ ਹੈ ਬਕਾਇਦਾ ਨਾਂਵਾਂ ਵੱਲੋਂ ਲਾਈ ਗਈ ਹੈ ਔਰ ਲੇਬਰ ਡੇ ਜਿਹੜੀ ਹੈ ਉਹ 30 ਮਹੀਨ ਨੂੰ ਆ ਰਹੀ ਹੈ ਤਾਂ ਉਸ ਤੋਂ ਪਹਿਲਾਂ ਤੁਸੀਂ ਆਪਣੀ ਅਪਾਇੰਟਮੈਂਟ ਬਣਾਣੇ ਹੋ ਜੇਕਰ ਤੁਸੀਂ ਕਨੈਕਟਿਕਟ ਮੈਰੀਲੈਂਡ ਬਾਲਟਿਮੋਰ ਵਾਸ਼ਿੰਗਟਨ ਡੀਸੀ ਵਰਜੀਨੀਆ ਫਿਲਡਲਫੀਆ ਨਿਊ ਜਰਸੀ ਵਰਜੀਨੀਆ ਨਿਊਯਾਰਕ ਜਾਂ ਫਿਰ ਤੁਸੀਂ ਹ ਉਹ ਵੈਸਟ ਮੈਡ ਵੈਸਟਿਕ ਕੋ ਵੀ ਰਹੇ ਨੇ ਜਾਂ ਫਿਰ ਤੁਸੀਂ ਵੈਸਟ ਕੋਸਟ ਵੀ ਰਹੇ ਹੋ ਜੇਕਰ ਤੁਸੀਂ ਡਰਾਈਵ ਕਰ ਸਕਦੇ ਹੋ ਈਸ ਕੋਸਟ ਦੇ ਵਿੱਚ ਰਹਿੰਦੇ ਹੋਏ ਤੁਸੀਂ ਆਪਣੀ ਅਪਾਇੰਟਮੈਂਟ ਬਣਾ ਸਕਦੇ ਹੋ ਨਿਊਯਾਰਕ ਆ ਸਕਦੇ ਹੋ ਬਾਕਾਇਦਾ ਫ੍ਰੀ ਪਾਰਕਿੰਗ ਦੀ ਫੈਸਿਲਿਟੀ ਜਿਹੜੀ ਹੈ ਉਹ ਕਨਾਲ ਡੋਲਰਸ ਉਹ ਤੁਹਾਨੂੰ ਜੈਕਸਨ ਹਾਈਟਸ ਦੇ ਵਿੱਚ ਵਿਕੀ ਜਾਏਗੀ ਇੱਕ ਦਿਨ ਪਹਿਲਾਂ ਕਾਲ ਕਰਕੇ ਤੁਸੀਂ ਇਹਨਾਂ ਨੂੰ ਦੱਸ ਦਿਓ ਕਿ ਅਸੀਂ ਨਿਊਯਾਰਕ ਆ ਰਹੇ ਹਾਂ ਬਾਕਾਇਦਾ ਜੈਕਸਨ ਹਾਈਟਸ ਦੇ ਵਿੱਚ ਕਈ ਸਾਰੇ ਫੂਡਸ ਅ ਡਿਫਰੈਂਟ ਡਿਫਰੈਂਟ ਕੁਜ਼ੀਨਸ ਵੀ ਅਵੇਲੇਬਲ ਨੇ ਯੂ ਕੈਨ ਹੈਵ ਥੈਟ ਇਸ ਵੀਕਐਂਡ ਤੇ ਤੁਸੀਂ ਆ ਸਕਦੇ ਹੋ ਆਪਣੀ ਫੈਮਿਲੀ ਦੇ ਨਾਲ ਔਰ ਆ 골ਡ ਬਾਈ ਕਰਕੇ ਆਪਣੇ ਜਾ ਸਕਦੇ ਹੋ ਜੇਕਰ ਤੁਸੀਂ ਨਹੀਂ ਆ ਸਕਦੇ ਤਾਂ ਕੁਨਾਲ ਜੁਐਲਰ ਤੁਹਾਡੇ ਡੋਰ ਸਟੈਪ ਦੇ ਉੱਤੇ ਵੀ ਜਿਹੜਾ ਹੈ ਉਹ ਜੁਐਲਰੀ ਪਹੁੰਚਾਉਣ ਦੇ ਵਿੱਚ ਕਾਮਯਾਬ ਹੈ kunaljewels.com ਦੇ ਉੱਤੇ ਜਾ ਕੇ ਤੁਸੀਂ ਇਹਨਾਂ ਦੀ ਜੁਐਲਰੀ ਕੋਈ ਵੀ ਤੁਸੀਂ ਪਸੰਦ ਕਰੋ ਉੱਥੋਂ ਦੀ ਆਰਡਰ ਕਰੋ ਤੁਹਾਡੇ ਘਰ ਦੇ ਡੋਰ ਸਟੈਪ ਦੇ ਉੱਤੇ ਪਹੁੰਚੇਗੀ ਫਿਰ ਪਾ ਕੇ ਫੋਟੋ ਖਿੱਚੋ ਅਗਲੀ ਵਾਰ ਅਸੀਂ ਪ੍ਰੋਗਰਾਮ ਵਿੱਚ ਚਲਾਵਾਂਗੇ ਔਰ ਬਕਾਇਦਾ ਤੁਹਾਡਾ ਡਿਸਕਾਊਂਟ ਵੀ ਹੈ ਜੀ ਉਹਦਾ ਵੀ ਧਿਆਨ ਰੱਖਵਾਵਾਂਗੇ ਔਰ ਤੁਹਾਡੇ ਗਲੇ ਦੇ ਵਿੱਚ ਸੋਨਾ ਦਾ ਹਾਰ ਪਹਿਨਾਵਾਂਗੇ ਔਰ ਕਵਾਂਗੇ ਵਾਹ ਕੀ ਬਾਤ ਹੈ ਔਰ ਕੀ ਬਾਤ ਦੇ ਵਿੱਚ ਮੈਨੂੰ ਕੋਈ ਗਾਣਾ ਵੀ ਯਾਦ ਆ ਜਾਂਦਾ ਹੈ ਕਿ ਇੱਕ ਨਵਾਂ ਗਾਣਾ ਜਿਹੜਾ ਆਇਆ ਹੈ ਕੀ ਬਾਤ ਹੈ ਜੀ ਕੀ ਬਾਤ ਹੈ ਉਹ ਜਿਹੜਾ ਗਾਣਾ ਬਕਾਇਦਾ ਉਹ ਵੀ ਤੁਹਾਨੂੰ ਸੁਣਾਵਾਂਗੇ ਕਰੰਟ ਬਾਜੀ ਜਦ ਮੈਂ ਲੇਟਰ ਡਿਜ਼ਾਈਨ ਦੀ ਗੱਲ ਕਰਦਾ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਉਹ ਦੂਜਾ ਜਿਹੜਾ ਫੈਸ਼ਨ ਦੇ ਵਿੱਚ ਟ੍ਰੈਂਡ ਹੈ ਉਹਨਾਂ ਨੂੰ ਪਸੰਦ ਆ ਆਪਣੇ ਕੋਲ ਕਿੰਨੀ ਕੁ ਅਵੇਲੇਬਿਲਟੀ ਹੈ ਉਸ ਟ੍ਰੈਂਡ ਦੀ ਉਹ ਟ੍ਰੈਂਡ ਦੀ ਅਵੇਲੇਬਿਲਟੀ ਆਰਡਰ ਬੇਸਿਸ ਤੇ ਵੀ ਹੈਗੀ ਹੈ ਸਟੋਰ ਦੇ ਅੰਦਰ ਸਟਾਕ ਦੇ ਅੰਦਰ ਵੀ ਹੈ ਤੇ ਤੁਹਾਨੂੰ ਕੋਈ ਸਪੈਸ਼ਲ ਡਿਜ਼ਾਈਨ ਚਾਹੀਦਾ ਹੈ ਤੁਹਾਨੂੰ 14 ਅਕਬਰ ਦਾ ਨੈਕਲੇਸ ਚਾਹੀਦਾ ਹੈ ਤੁਹਾਨੂੰ ਕੋਈ ਫੈਂਸੀ ਡਿਜ਼ਾਈਨਸ ਚਾਹੀਦੇ ਨੇ ਸਾਰੇ ਕੋਲ ਸਾਰੀ ਅਵੇਲੇਬਿਲਟੀ ਹੈ ਐਂਡ ਤੁਹਾਨੂੰ ਐਂਟੀਕ ਪਾਲਿਸ਼ ਵਾਲੀ ਆਈਟਮ ਚਾਹੀਦੀ ਹੈ ਉਹ ਵੀ ਅਵੇਲੇਬਲ ਹੈ ਸੋ ਆਈ ਮੀਨ ਜੋ ਕਸਟਮਰ ਦੀ ਰਿਕੁਆਇਰਮੈਂਟ ਹੈ ਉਹ ਚੀਜ਼ ਦੇ ਹਿਸਾਬ ਨਾਲ ਸਾਨੂੰ ਉਹ ਚੀਜ਼ ਦੱਸੋ ਸਾਨੂੰ ਫੇਸਬੁੱਕ ਤੇ ਮੈਸੇਜ ਕਰੋ ਵਟਸਐਪ ਮੈਸੇਜ ਕਰੋ ਇੰਸਟਾਗ੍ਰam ਮੈਸੇਜ ਕਰੋ ਫੋਨ ਕਰੋ ਅਸੀਂ ਇੱਥੇ ਹੀ ਆਂ ਐਂਡ ਕੋਈ ਵੀ ਤੁਹਾਡੀ ਰਿਕੁਆਇਰਮੈਂਟ ਹੈਗੀ ਹੈ ਅਸੀਂ ਅੱਜ ਅਵੇਲੇਬਿਲਟੀ ਕਰਾਂਗੇ ਤੁਹਾਡੇ ਵੱਸੇ। ਕੀ ਬਾਤ ਹੈ ਜੀ ਸੋਨਾ ਕਿੰਨਾ ਸੋਨਾ ਹੈ ਸੋਨੇ ਜੈਸਾ ਕਰਨ ਭਾਜੀ ਦਾ ਰੰਗ ਕਹਿੰਦੇ ਜਿਹੜੇ ਜਸ ਪੰਜਾਬੀ ਦੇ ਈਵਰਸ ਨੇ ਉਹਨਾਂ ਦੇ ਲਈ ਹੈ ਸਪੈਸ਼ਲ ਡਿਸਕਾਊਂਟ ਦੀ ਅਰੇਂਜਮੈਂਟਸ ਔਰ 7184787200 ਤੇ ਕਾਲ ਤੁਸੀਂ ਆਣਾ ਫਰੰਟ ਤੇ ਆਓ ਐ ਵੀ ਵਿਲ ਗਾਈਡ ਯੂ ਟੂ ਦ ਪਾਰਕਿੰਗ ਲੋਟ ਐਂਡ ਇਟ ਵਿਲ ਬੀ ਫ੍ਰੀ ਪਾਰਕਿੰਗ ਫਾਰ ਆਰ ਕਸਟਮਰਸ ਬਿਲਕੁਲ ਭਾਜੀ ਚਾਹ ਵੀ ਬਹੁਤ ਵਧੀਆ ਪਿਲਾਉਂਦੇ ਨੇ ਮੈਂ ਕਈ ਵਾਰ ਸਟੋਰ ਗਿਆ ਹਾਂ ਔਰ ਬਹੁਤ ਵਧੀਆ ਕਸ਼ਮੀਰੀ ਚਾਹ ਜਿਹੜੀ ਹੈ ਉਹ ਵੀ ਇੱਥੇ ਮਿਲਦੀ ਹੈ ਜੈਕਸਨ ਹਾਈਡਜ਼ ਵਿੱਚ ਆਈ ਆਲਵੇਸ ਲਵ 댓 ਕਸ਼ਮੀਰੀ ਚਾਹ ਐਂਡ ਤੁਸੀਂ ਵੀ ਜਾ ਕੇ ਆਨੰਦ ਲੈ ਸਕਦੇ ਹੋ ਵਾਈਫ ਨੂੰ ਜਿਹੜਾ ਹੈਗਾ ਗਿਫਟ ਕਰ ਸਕਦੇ ਹੋ ਜੇ ਵਾਈਫ ਖੁਸ਼ ਹੈ ਤੇ ਸਭ ਕੁਝ ਖੁਸ਼ ਹੈ ਪੂਰਾ ਘਰ ਵੀ ਖੁਸ਼ ਹੈ ਔਰ ਤੁਹਾਡੇ ਆਲੇ ਦੁਆਲੇ ਦੀ ਜਿਹੜੀ ਸਾਰੀ ਚੀਜ਼ਾਂ ਉਹ ਵੀ ਖੁਸ਼ ਹੈ ਤੇ ਭਾਜੀ ਜਿਹੜੇ ਬਿਲਕੁਲ ਮੈਂ ਗਿਫਟ ਕੀਤਾ ਤੁਹਾਡੇ ਤੋਂ ਲੈ ਕੇ ਐਂਡ ਸ਼ੀ ਇਸ ਹੈਪੀ ਨਾਓ ਰਾਈਟ ਐਂਡ ਆਨ ਟਾਪ ਆਫ ਥੈਟ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਦਰਸ਼ਕ ਇਸ ਪ੍ਰੋਗਰਾਮ ਨੂੰ ਵੇਖ ਰਹੇ ਨੇ ਸਾਡੀ ਜਿਹੜੀਆਂ ਮਦਰਸ ਨੇ ਜਾਂ ਸਾਡੀਆਂ ਵਾਈਫ ਨੇ ਉਹ ਡਿਜ਼ਰਵ ਕਰਦੀਆਂ ਸਾਰਾ ਦਿਨ ਉਹਨਾਂ ਨੇ ਫੈਮਿਲੀ ਨੂੰ ਧਿਆਨ ਰੱਖਣਾ ਫੈਮਿਲੀ ਨੂੰ ਇੱਕ ਮੰਚ ਦੇ ਉੱਤੇ ਲੈ ਕੇ ਆਉਣਾ ਸਾਡੀ ਭੈਣਾਂ ਜਿਹੜੀਆਂ ਉਹ ਡਿਜ਼ਰਵ ਕਰਦੀਆਂ ਵੂਮਨਸ ਡੇ ਦੇ ਉੱਤੇ ਸਪੈਸ਼ਲ ਸੇਲ ਜਿਹੜੀ ਹੈ ਬਾਕਾਇਦਾ ਲਾਈ ਜਾ ਰਹੀ ਹੈ ਆਪਣੀ ਭੈਣਾਂ ਨੂੰ ਆਪਣੀ ਮਦਰ ਨੂੰ ਜਾਂ ਫਿਰ ਆਪਣੀ ਗਰਲਫ੍ਰੈਂਡ ਨੂੰ ਗਰਲਫ੍ਰੈਂਡ ਉਹਨਾਂ ਲਈ ਕਹਿ ਰਹੇ ਜਿਹੜੇ ਬੈਚਲਰ ਨੇ ਮੈਂ ਭਰਾਵਾਂ ਨੂੰ ਨਹੀਂ ਕਹਿ ਰਿਹਾ ਆਪਣੇ ਰਾਈਟ ਉਹਦਾਂ ਲਈ ਤੁਸੀਂ ਆਪਣੀ ਵਾਈਫ ਨੂੰ ਗਿਫਟ ਕਰ ਸਕਦੇ ਹੋ ਫਿਲਹਾਲ ਇੱਕ ਬ੍ਰੇਕ ਲਈ ਰੁਕ ਰਹੇ ਹਾਂ ਬ੍ਰੇਕ ਤੋਂ ਬਾਅਦ ਵੀ ਲਗਾਤਾਰ ਬਾਏ ਗੋਲ ਨਾਓ ਆਸ ਕਰਨ ਹਾਉ ਇਸੇ ਤਰੀਕੇ ਨਾਲ ਜਾਰੀ ਰਹੇਗਾ ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਲੈ ਕੇ ਚੱਲਦੇ ਹਾਂ ਸਿੱਧਾ ਜੈਕਸਨ ਹਾਈਟਸ ਜਿੱਥੇ ਸਾਡੇ ਨਾਲ ਮੌਜੂਦ ਨੇ ਕਰਨ ਦਰਸ਼ਕਾਂ ਨੂੰ ਵੀ ਕਹਿਣਾ ਚਾਹਾਂਗੇ ਜੇਕਰ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਹੋ 718 7865221 ਜਿਹੜਾ ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਤੁਸੀਂ ਸਾਨੂੰ ਸਟੂਡੀਓ ਤੇ ਕਾਲ ਕਰ ਸਕਦੇ ਹੋ ਔਰ ਕਰਨ ਹੋਰਨਾਲ ਤੁਸੀਂ ਡਾਇਰੈਕਟ ਗੱਲ ਕਰ ਸਕਦੇ ਹੋ ਜੇਕਰ ਤੁਸੀਂ ਜੁਐਲਰੀ ਬਾਈ ਕਰਕੇ ਆਏ ਹੋ ਨਾ ਤੋਂ ਔਰ ਤੁਸੀਂ ਫੀਡਬੈਕ ਵੀ ਦੇਣਾ ਚਾਹੁੰਦੇ ਹੋ ਤਾਂ ਵੀ ਕਰਨ ਤੁਹਾਨੂੰ ਸੁਣਨਾ ਚਾਹੁੰਦੇ ਨੇ ਔਰ ਜੇਕਰ ਤੁਸੀਂ ਆਪਣੀ ਵੈਡਿੰਗ ਪਲਾਨ ਕਰ ਰਹੇ ਹੋ ਐਂਡ ਯੂ ਆਲਸੋ ਲੁਕਿੰਗ ਫੋਰ ਸਮ ਅਦਰ ਵੈਂਡਰਸ ਕਰਨ ਆਲਸੋ ਹੈਲਪਿੰਗ ਆਊਟ ਇਨ ਯਰ ਵੈਡਿੰਗ ਹੀ ਕੈਨ ਰეკਮੈਂਡ ਯੂ ਗੁੱਡ ਕੇਟਰਰ ਗੁੱਡ ਡੈਕੋਰ ਗੁੱਡ ਡੀਜੇ ਐਂਡ ਵਟ ਏਵਰ ਯੂ ਵਾਂਟ ਵਨ ਇਟ ਕਮਸ ਟੂ ਵੈਡਿੰਗ ਹੀ ਇਸ ਆਲਵੇਸ देयर ਟੂ ਗ ਐਂਡ ਜਿਕਰ ਜੁਐਲਰੀ ਦੇ ਵਿੱਚ ਤੁਸੀਂ ਕਸਟਮਾਈਜ਼ ਕੋਈ ਵੀ ਪਾਇ ਕਰਨਾ ਚਾਹੁੰਦੇ ਹੋ ਤੁਹਾਨੂੰ ਜੁਐਲਰੀ ਕੋਈ ਵੀ ਪਸੰਦ ਆ ਗਈ ਹੈ ਫੋਟੋ ਜਿਹੜੀ ਹੈ WhatsApp ਤੇ ਭੇਜ ਦਿਓ ਰੇਟ ਇਹਨਾਂ ਤੋਂ ਲੈ ਲਓ ਜਿਕਰ ਰੇਟ ਇਹ ਬੀਟ ਕਰ ਦਣਗੇ ਤਾਂ ਫਿਰ ਤੁਸੀਂ ਆਪਣਾ ਜਿਹੜਾ ਹੈਗਾ ਸਮਾਨ ਇਹਨਾਂ ਤੋਂ ਬਣਵਾ ਲਿਓ ਔਰ ਆਪਣੀ ਵੈਡਿੰਗ ਦੇ ਉੱਤੇ ਚਾਰ ਚੰਦ ਲਾ ਲਿਓ ਔਰ ਹਾਂ ਮਠਾਈ ਦਾ ਡੱਬਾ ਤੇ ਸ਼ਾਦੀ ਦਾ ਕਾਰਡ ਜਿਹੜਾ ਹੈਗਾ ਉਹ ਜਰੂਰ ਕਰਨ ਭਾਜੀ ਨੂੰ ਭਜਵਾ ਦਿਓ ਕਿਉਂ ਸਰ ਜੀ ਤੁਹਾਡਾ ਬੰਦਾ ਫਿਰ ਵਿਆਹ ਤੇ ਵੀ ਜਾਣਾ ਬਿਲਕੁਲ ਬਿਲਕੁਲ ਸਹੀ ਗੱਲ ਆਪਾਂ ਇਕੱਠੇ ਚੱਲਾਂਗੇ ਇੱਥੇ ਚੱਲਾਂਗੇ। ਹੋਰ ਬੜੇ ਦਿਨ ਹੋ ਗਏ ਮੈਂ ਵਿਆਹ ਤੇ ਨਹੀਂ ਗਿਆ। ਹਾਂ। ਕਿਉਂਕਿ ਪਿਛਲੇ 2 ਸਾਲ ਅਸੀਂ ਗਏ ਹੀ ਨਹੀਂ ਕਿਸੇ ਵੀ ਵਿਆਹ ਦੇ ਉੱਤੇ। ਕਿਤੇ ਵੀ ਨਹੀਂ ਗਏ ਸਹੀ। ਬਹੁਤ ਮਤਲਬ ਹੁਣ ਦਿਲਚਸਪੀ ਹੋ ਰਹੀ ਹੈ ਕਿ ਛੇਤੀ ਛੇਤੀ ਕਿਸੇ ਦਾ ਵਿਆਹ ਹੋਏ। ਔਰ ਮੈਂ ਦਰਸ਼ਕਾਂ ਨੂੰ ਵੀ ਜਾਣਕਾਰੀ ਦੇਣਾ ਚਾਹਾਂਗਾ ਜੇਕਰ ਤੁਸੀਂ ਵਿਆਹ ਕਰ ਰਹੇ ਹੋ ਤਾਂ ਸਾਨੂੰ ਜਰੂਰ ਬੁਲਾਦਿਓ। ਅਸੀਂ ਬਹੁਤ ਮਿਸ ਕਰ ਰਹੇ ਹਾਂ ਵੈਡਿੰਗਸ ਨੂੰ ਐਂਡ ਇਸ ਕਰਕੇ ਮਿਸ ਕਰ ਰਹੇ ਹਾਂ ਕਿਉਂਕਿ 2 ਸਾਲ ਹੋ ਗਏ ਕੋਵਿਡ ਦੇ ਵਿੱਚ। ਆ ਲੋਕਾਂ ਨੇ ਸਮਾਲ ਗੈਦਰਿੰਗਸ ਕੀਤੀ ਔਰ ਵਿਆਹ ਕਰ ਲਿਆ ਬਟ ਨਾਉ ਆਈ ਥਿੰਕ ਜਿਵੇਂ ਬਾਈਡਨ ਕਹਿ ਰਹੇ ਨੇ ਜਾਂ ਫਿਰ ਸਰਕਾਰਾਂ ਕਹਿ ਰਹੀਆਂ ਮੇਬੀ ਆਫਟਰ ਯੂ نو ਇੰਡੀਪੈਂਡੈਂਸ ਲਾਈਕ ਆਫਟਰ 4 ਜੁਲਾਈ ਹੌਲੀ ਹੌਲੀ ਚੀਜ਼ਾਂ ਠੀਕ ਹੋ ਜਾਣਗੀਆਂ ਇਫ ਯੂ ਆਰ ਵੈਕਸੀਨੇਟਿਡ ਪਰ ਗਾਰੰਟੀ ਹਜੇ ਵੀ ਨਹੀਂ ਹੈ ਪਰ ਕਹਿਣ ਦਾ ਭਾਵ ਹੈ ਕਿ ਵਿਡਿੰਗ ਜਿਹੜੀ ਹੈ ਉਹ ਹੁਣ ਹੌਲੀ ਹੌਲੀ ਖੁੱਲਨੀ ਸ਼ੁਰੂ ਹੋ ਗਈ ਹੈ ਜਰ ਜੇਕਰ ਤੁਹਾਡੇ ਘਰ ਦੇ ਵਿੱਚ ਵੀ ਤੁਸੀਂ ਵਿਡਿੰਗ ਪਲਾਨ ਕਰ ਲਈਏ ਇਸ ਸਾਲ ਔਰ ਅਜੇ ਤੱਕ 골ਡ ਬਾਏ ਨਹੀਂ ਕੀਤਾ ਤਾਂ ਫਿਰ ਤੁਸੀਂ ਇਹਨਾਂ ਦੀ ਜੁਐਲਰੀ ਨੂੰ ਮਿਸ ਕੀਤਾ ਔਰ ਜੈਕਸਨ ਹਾਈਟਸ ਦੇ ਵਿੱਚ ਆ ਕੇ ਜਿਹੜਾ ਫੂਡ ਹੈ ਉਹਨੂੰ ਵੀ ਮਿਸ ਕੀਤਾ ਜਿਹੜੀ ਕਸ਼ਮੀਰੀ ਚਾਹ ਹੈਗੀ ਕਰਨ ਭਾਜੀ ਦੇ ਕੋਲ ਉਹ ਵੀ ਮਿਸ ਕੀਤੀ 7184787200 ਤੋਂ ਅਨਦਰ ਆਫਿਸ ਦਾ ਨੰਬਰ ਹੈ ਅਨਦਰ ਸਟੋਰ ਦਾ ਨੰਬਰ ਹੈ ਉੱਥੇ ਫ੍ਰੀ ਪਰਸਨਲ ਕੰਸਲਟੇਸ਼ਨ ਲਈ ਕਾਲ ਕਰੋ ਜੇਕਰ ਕੋਈ ਪਿਕਚਰ ਤੁਹਾਡੇ ਕੋਲ ਅਵੇਲੇਬਲ ਹੈ ਉਹਨੂੰ ਭੇਜਣਾ ਚਾਹੁੰਦੇ ਹੋ ਤਾਂ 5163010771 ਤੇ ਪਿਕਚਰ ਭੇਜ ਦਿਓ ਔਰ ਕਰਨ ਭਾਜੀ ਨੂੰ ਕਹਿ ਦਿਓ ਦਾ ਰੇਟ ਦੱਸੋ ਕੋਈ ਤੁਹਾਨੂੰ ਚੇਨ ਪਸੰਦ ਹੈ ਤਾਂ ਤੁਸੀਂ ਕਰਨ ਬਾਜੀ ਦੀ ਵੈਬਸਾਈਟ ਤੇ ਚਲੇ ਜਾਓ kunaljewels.com ਦੇ ਉੱਤੇ ਉੱਥੋਂ ਦੀ ਆਰਡਰ ਕਰ ਦਿਓ ਤੁਹਾਡੇ ਡੋਰ ਸਟੈਪ ਤੇ ਉਹ ਵੀ ਪਹੁੰਚ ਜਾਏਗੀ ਮਤਲਬ ਇੱਕ ਸ਼ਬਦ ਥੱਲੇ ਯਾਰ ਤੁਸੀਂ ਹੁਣ ਬੱਚੇ ਦੀ ਜਾਨ ਲਓਗੇ ਕਹਿਣ ਦਾ ਭਾਵ ਹੈ ਸਭ ਕੁਝ ਤਾਂ ਤੁਹਾਨੂੰ ਦੇ ਰਹੇ ਨੇ ਕਰਨ ਬਾਜੀ ਨਾਲੇ ਤੁਹਾਨੂੰ ਇਹ ਵੀ ਕਹਿ ਰਹੇ ਨੇ ਕਿ ਜਸ ਪੰਜਾਬੀ ਜਿਹੜੇ ਦਰਸ਼ਕ ਨੇ ਉਹ ਲੇਬਰ ਡੇ ਜਾਂ ਫਿਰ ਇੰਟਰਨੈਸ਼ਨਲ ਔਮਨਸ ਦੇ ਦਿਤੇ ਆਉਂਦੇ ਤਾਂ ਵੀ ਤੁਹਾਨੂੰ ਡਿਸਕਾਊਂਟ ਦੇਗਾ ਜਸ ਪੰਜਾਬੀ ਤੁਹਾਡੇ ਲਈ ਦੇਖੋ ਇੰਨੇ ਡਿਫਰੈਂਟ ਡਿਫਰੈਂਟ ਸਟਾਈਲ ਦੇ ਸ਼ੋਅ ਲੈ ਕੇ ਆਉਂਦਾ ਜਿੱਥੇ ਤੁਹਾਨੂੰ ਅਸੀਂ ਹਰ ਗੱਲ ਦੱਸਦੇ ਹਾਂ ਪਾਵੇਂ ਤੁਹਾਡੀ 골ਦੀ ਹੋਏ ਤੁਹਾਡੇ ਰੀਅਲ ਏਸਟੇਟ ਦੀ ਹੋਏ ਐਡ ਆਫ ਦਾਟ ਇਹ ਕਰੰਟ ਪਾਜੀ ਦੇਖਿਆ ਜਾਏ ਤੇ ਮੈਂ ਰੀਅਲ ਏਸਟੇਟ ਵੀ ਲੋਕਾਂ ਨੂੰ ਦੱਸਦਾ ਘਰ ਲੈਣਾ ਜਾਂ ਫਿਰ 골ਡ ਵੀ ਲੈਣੀ ਹੈ ਜਾਂ ਫਿਰ ਮੌਰਗੇਜ ਵੀ ਲੈਣੀ ਹੈ ਜਾਂ ਫਿਰ ਵਧੀਆ ਵਕੀਲ ਕਿਹੜਾ ਕਹਿੰਦਾ ਪਾਵਾ ਕਿ ਇੱਕ ਸਭ ਕੁਝ ਮਿਲ ਰਿਹਾ ਹੈ ਨਵੀਂ ਲਾਈਫ ਨੂੰ ਸ਼ੁਰੂ ਕਰਨ ਦੇ ਲਈ ਯੂ ਹੈਵ एवरीथिंग ਕਰੀਅਰ ਇਸ ਆਲਸੋ ਅੰਡਰ ਵਨ ਰੂਫ ਅੰਡਰ ਵਨ ਰੂਫ ਅੰਡਰ ਵਨ ਰੂਫ एवरीथिंग ਇਜ਼ ਅਵੇਲੇਬਲ ਸੋ ਕੈਨ ਦਾ ਪਾਵ ਮੈਨ ਇਸ ਕਰਕੇ ਅੱਛਾ ਲੱਗਦਾ ਕਿਉਂਕਿ ਤੁਹਾਡੀ ਵੀ ਸ਼ਾਪ ਦੇ ਅੰਦਰ ਜਦ ਮੈਂ ਆਣਾ ਸਟੋਰ ਦੇ ਵਿੱਚ ਤੁਹਾਡੀ ਸ਼ਾਪ ਦੇ ਵਿੱਚ ਐਵੇਂ ਦੀ ਕੋਈ ਵੈਰਾਈਟੀ ਨਹੀਂ ਹੈ ਜਿਹੜੀ ਨਾ ਹੋਵੇ ਈਅਰਿੰਗਸ ਤੋਂ ਲੈ ਕੇ ਨੈਕਲੇਸਸ ਤੋਂ ਲੈ ਕੇ ਰਿੰਗਸ ਤੋਂ ਲੈ ਕੇ ਬ੍ਰੇਸਲੇਟਸ ਤੋਂ ਲੈ ਕੇ ਅ ਜੇਕਰ ਕਿਸੇ ਨੂੰ ਪੰਜਾਬਾ ਦਾ ਸ਼ੌਕ ਹੈ ਉਹ ਲੈ ਮਤਲਬ ਕੋਈ ਅਜਿਹੀ ਚੀਜ਼ ਨਹੀਂ ਹੈ ਜਿਹੜੇ ਤੁਹਾਡੇ ਸਟੋਰ ਦੇ ਵਿੱਚ ਅਵੇਲੇਬਲ ਨਾ ਹੋਵੇ ਔਰ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗਦੀ ਹੈ ਕਿ ਤੁਹਾਡੇ ਪੂਰੇ ਜੈਕਸਨ ਹਾਈਟਸ ਦੇ ਵਿੱਚ ਕਈ ਸਾਰੇ ਸਟੋਰਸ ਅਵੇਲੇਬਲ ਨੇ ਆਈ ਹੈਵ ਸੀਨ ਅਦਰ ਸਟੋਰਸ ਟੂ ਬਟ ਆਈ ਵਿਲ ਨਾਟ ਸੇ ਕਿ ਬਾਈ ઓ ਮਾੜੇ ਨੇ ਬਟ ਯੂ ਹੈਵ ਦ ਲੇਟੈਸਟ ਡਿਜ਼ਾਈਨਸ ਔਰ ਲੇਟੈਸਟ ਡਿਜ਼ਾਈਨ ਜਿਹਦੇ ਕੋਲ ਹੁੰਦੇ ਨੇ ਆਈ ਥਿੰਕ ਉਹਨਾਂ ਨੂੰ ਹੀ ਕਸਟਮਰ ਜਿਹੜਾ ਹੈਗਾ ਅ ਸਰਵਿਸਿਜ਼ ਵੀ ਉਹਨਾਂ ਨੂੰ ਵਧੀਆ ਦੇ ਪਾਉਂਦਾ ਔਰ ਲੇਟੈਸਟ ਡਿਜ਼ਾਈਨ ਦੇ ਤੌਰ ਦੇ ਉੱਤੇ ਇਹ ਜਿੰਨੀ ਵੀ ਮੈਨੂਫੈਕਚਰਿੰਗ ਹੈ ਕਸਟਮਾਈਜ਼ ਮੈਨੂਫੈਕਚਰਿੰਗ ਹੈ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਬਾ ਕਮਾਲ ਇਹਨਾਂ ਨੇ ਕੜਾ ਹੱਜ ਫੜਿਆ ਹੋਇਆ ਹੈ ਇਹ ਕਸਟਮਾਈਜ਼ ਹੁੰਦੀ ਹੈ ਸੋ ਇਹ ਸਾਰੀ ਕਸਟਮਾਈਜ਼ ਕਸਟਮਾਈਜ਼ ਹੈ ਤੁਸੀਂ ਕਰਨ ਕਿਵੇਂ ਧਿਆਨ ਰੱਖਦੇ ਹੋ ਜੋ ਸਾਡੀ ਫਿਨਿਸ਼ਿੰਗ ਹੈ ਵਰਕ ਦੀ ਮੇਨ ਉਹ ਕਨਸੈਂਟ੍ਰੇਸ਼ਨ ਹੁੰਦੀ ਹੈ 916 ਮਤਲਬ 22 ਕੈਰੇਟ ਹੋਣਾ ਚਾਹੀਦਾ ਹੈ ਪੂਰਾ ਜੀ ਔਰ ਫਿਨਿਸ਼ਿੰਗ ਦੇ ਹੀ ਅਸੀਂ ਐਕਸਟਰਾ ਚਾਰਜਸ ਦਿੰਦੇ ਆ ਉਥੇ ਦੁਬਈ ਹੋ ਜਾਏ ਸਿੰਗਾਪੁਰ ਹੋ ਜਾਏ ਕਿ ਸਾਨੂੰ ਮਾਲ ਜੋ ਸਮਾਨ ਆ ਰਿਹਾ ਹੈ ਸਾਨੂੰ ਉਹ ਚੀਪ ਕੁਆਲਿਟੀ ਦਾ ਨਹੀਂ ਚਾਹੀਦਾ ਸਾਨੂੰ ਫਿਨਿਸ਼ਿੰਗ ਅਚੀਵਡ ਸੋ ਇਹ ਸਾਡੀ ਮੇਨ ਕੁਆਲਿਟੀ ਕੰਟਰੋਲ ਦੇ ਅੰਦਰ ਤੋਂ ਜਾਂਦੀ ਪਹਿਲੇ ਰਾਈਟ ਥੈਨ ਸਾਡੇ ਕੋਲ ਇੱਥੇ ਪਹੁੰਚਦੀ ਹੈ ਬਿਕਾਜ਼ ਆਦਰਵਾਇਜ਼ ਵੀ ਰਿਜੈਕਟਡ ਐਂਡ ਰਿਜੈਕਟ ਕਰਕੇ ਅਸੀਂ ਵਾਪਸ ਉਹਨਾਂ ਨੂੰ ਭੇਜ ਦਿਆ ਨੇ ਐਂਡ ਵੀ ਡੋਨਟ ਪੁੱਟ ਇਟ ਔਨ ਅਰ ਸ਼ੈਲ ਬਿਕਾਜ਼ ਸਾਨੂੰ ਵੀ ਅੱਗੇ ਕੰਪਲੇਨਟ ਨਹੀਂ ਚਾਹੀਦੀ ਸਾਨੂੰ ਕਸਟਮਰ ਦੀ ਵੀ ਵਾਂਟ ਟੂ ਕੀਪ ਦ ਰਿਲੇਸ਼ਨਸ਼ਿਪ ਕਸਟਮਰ ਦੇ ਨਾਲ ਐਨੀਆਂ ਕਿ ਵਨ ਟਾਈਮ ਜੁਐਲਰੀ ਪੀਸ ਵੇਚਿਆ ਤੇ ਟੁੱਟ ਗਿਆ ਤੇ ਡਿਮੇਜ ਹੋ ਗਿਆ ਕਲਰ ਚੇਂਜ ਹੋ ਗਿਆ ਕਰਨ ਸਾਡੇ ਨਾਲ ਜਿਹੜੇ ਕਸਟਮਰਸ ਨੇ ਉਹ ਵੀ ਜੁੜ ਗਏ ਨੇ ਤੁਹਾਡੇ ਜਿਹੜੇ ਤੁਹਾਡੇ ਸਾਡੇ ਵਿਊਅਰਸ ਨੇ ਉਹ ਵੀ ਲਗਾਤਾਰ ਗੱਲ ਕਰਨਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਅਰ ਹੋ ਕੌਣ ਬੋਲ ਰਿਹਾ ਕਿੱਥੋਂ ਬੋਲ ਰਹੇ ਹਾਂਜੀ ਜੀ ਮੇਰਾ ਨਾਮ ਜਗਮੀਤ ਸਿੰਘ ਨੇ ਮੈਂ ਸਸੇ ਗਾਜੀ ਮੈਂ ਲੈ ਕੇ ਗਿਆ ਜੀ ਭਾਜੀ ਉਹਨਾਂ ਕੋ ਲੌਗੜ ਇੱਕ ਮੈਨੂੰ ਬਹੁਤ ਪਸੰਦ ਆਇਆ ਪਰ ਮੈਂ ਅੱਗੇ ਹੋਰ ਵੀ ਬਣਾਉਣਾ ਚਾਹੁੰਦਾ ਮੈਂ ਪੁੱਛਣਾ ਚਾਹੁੰਦਾ ਸੀ ਕਿ ਅੱਜ ਕੱਲ ਰੇਟ ਕੀ ਚੱਲ ਰਿਹਾ ਕੜੇ ਦਾ ਕੜੇ ਦਾ ਰੇਟ ਭਾਜੀ ਕੀ ਚੱਲਦਾ ਹੈ ਅੱਜ ਕੱਲ ਕੜੇ ਦਾ ਰੇਟ ਚੱਲਦਾ ਪਿਆ 650 ਤੋਂ ਉੱਪਰ ਤੋਲੇ ਦਾ ਤੇ ਜਿੰਨੇ ਤੋਲੇ ਦਾ ਤੁਸੀਂ ਬਣਾਉਣਾ ਹੈ ਉਹ ਮੈਨੂੰ ਦੱਸੋ ਉਹ ਫਿਰ ਤੁਹਾਡੇ ਵਾਸਤੇ ਰੈਡੀ ਕਰ ਦਾਂਗੇ ਨਹੀਂ ਤੇ ਤੁਸੀਂ ਆਓ ਸਾਈਜ਼ ਦਿਓ ਡਿਜ਼ਾਈਨ ਚੂਜ਼ ਕਰੋ ਤੇ ਤੁਹਾਡੇ ਵਾਸਤੇ ਬਿਲਕੁਲ ਕਸਟਮਾਈਜ਼ ਰੈਡੀ ਕਰਾ ਦਾਂਗੇ ਬਿਲਕੁਲ 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 ਸਾਨੂੰ ਪਤਾ ਚੱਲਿਆ ਕਿ 5 ਤੋਲੇ ਦਾ ਕੜਾ ਜਿਹੜਾ ਬਕਾਇਦਾ ਉਹਨਾਂ ਨੇ ਬਣਵਾਣਾ ਹੈ ਤਾਂ ਫਿਰ ਇੰਨਾ ਟਾਈਮ ਲੀ ਲਾਨਾ ਤੁਸੀਂ ਸਿੱਧਾ ਖਜੈਕਸਨ ਹਾਈਟਸ ਕੁਨਾਲ ਜਵਾਲਰ ਤੁਸੀਂ ਆਣਾ ਹੈ ਔਰ 5 ਤੋਲੇ ਦਾ ਕੜਾ ਆਪਣੇ ਘਰ ਲੈ ਕੇ ਜਾਣਾ ਹੈ ਔਰ ਜਿਹੜੇ ਤੁਹਾਡੇ ਸ਼ਰੀਕ ਨੇ ਜਾਂ ਫਿਰ ਤੁਹਾਡੇ ਗਾਂਢੀ ਤੁਹਾਡੇ ਗਵਾਂਢੀ ਨੇ ਉਹਨਾਂ ਨੂੰ ਤੁਸੀਂ ਕਹਿੰਦੇ ਮੈਂ ਨਹੀਂ ਕਹਾਂਗਾ ਕਿ ਜਲਦ ਜਿਆ ਸੜਾਣਾ ਬਟ ਯੂ ਕੈਨ ਟੈਲ ਧਮ ਕਿ ਆ ਦੇਖੋ ਕਿ ਨਾ ਬਾਕਮਾਲ ਜਿਹੜਾ ਤੁਹਾਡਾ ਕੜਾ ਹੈਗਾ ਉਹ ਗੁਨਾਲ ਜੁਵਲਰਸ ਤੋਂ ਮਿਲੇ ਆ ਅੱਜ ਬਕਾਇਦਾ ਕੋਈ ਮੋਟੀ ਚੇਨ ਪਾ ਕੇ ਚਲਾ ਜਾਂਦਾ ਨਾ ਕਦੀ ਕਿਵਾਰ ਤਾਂ ਡਰੀ ਲੱਗਦਾ ਕਿ ਕਿੱਥੇ ਰੋਬਨਾ ਹੋ ਜੇ ਰਾਈਟ ਔਰ ਇਹ ਜਿਹੜਾ ਟ੍ਰੈਂਡ ਇੱਕਦਮ ਚੇਂਜ ਹੋਇਆ ਆ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਵਿਆਹ ਸ਼ਾਦੀਆਂ ਦੇ ਵਿੱਚ ਅਸੀਂ ਪਾ ਸਕਦੇ ਆ ਪਰ ਆਈ ਥਿੰਕ ਮੈਂ ਕਈ ਟ੍ਰੈਂਡ ਚੇਂਜ ਦੇਖ ਰਿਹਾ ਹੁਣ ਜਿਵੇਂ ਡੇਲੀ ਲਾਈਫ ਸਟਾਈਲ ਦੇ ਵਿੱਚ ਵੀ ਜਿਹੜੀ 골ਡ ਆ ਉਹ ਪਾਇਆ ਜਾਂਦਾ ਸੋ ਉਹ ਵੀ ਤੁਹਾਡੇ ਕੋਲ ਅਵੇਲੇਬਲ ਹੈ ਕਿ ਜਿਹਨੂੰ ਬਕਾਇਦਾ ਸ਼ੌਂਕ ਹੈਗਾ ਪਾਣ ਦਾ ਸੋ ਉਹ ਵੀ ਆਪਣੇ ਡੇਲੀ ਪਾ ਸਕਦੇ ਨੇ ਉਹਦੇ ਲਈ ਕੀ ਕੀ ਅਵੇਲੇਬਲ ਹੈਗਾ ਤੁਹਾਡੇ ਕੋਲ men's ਵਾਸਤੇ ਕੜੇ ਹੋਗੇ ਬ੍ਰੇਸਲੇਟਸ ਹੋਗੀ ਚੇਨਸ ਹੋਗੀ ਰਿੰਗਸ ਹੋਗੀਆਂ ਸੋ ਇਹ ਤੇ ਡੇਲੀ ਵੇਅਰ ਵਾਸਤੇ ਹੈਗਾ ਐਂਡ ਲੇਡੀਜ਼ ਵਾਸਤੇ ਚੇਨਸ ਨੈਕਲੇਸ ਐਂਕਲਟ ਨੈਕਲੇਸ ਹੋਗੇ ਕਿੱਤੀ ਸੈਟ ਹੋਗੇ ਸਾਡੇ ਹਨਾ ਸੋ ਉਹ ਹਰ ਬ੍ਰਾਈਡਲ ਵਾਲੇ ਸੈਟ ਨਹੀਂ ਪਾ ਸਕਦੇ ਹਰ ਜਗ੍ਹਾ ਪਾਰਟੀ ਵਾਲੇ ਸੈਟ ਨਹੀਂ ਪਾ ਸਕਦੇ ਸੋ ਸਾਡੇ ਕੋਲ ਛੋਟੇ ਛੋਟੇ ਸੈਟ ਵੀ ਹੈਗੇ ਨੇ ਲਾਈਕ ਕਿੱਤੀ ਸੈਟਸ ਹੁੰਦੇ ਨੇ ਉਹ ਰੇਂਜ ਸਾਡੀ ਆਂਦੀ ਹੈ ਆਲਮੋਸਟ 10 ਤੋਂ 15 ਗ੍ਰਾਮ ਦੇ ਵਿੱਚ ਆਂਦੀ ਉਹ ਉਹ ਇਜ਼ ਲਾਈਕ ਅ ਚੇਨ ਟਾਈਪ ਤੁਸੀਂ ਪਾ ਸਕਦੇ ਲਾਈਕ ਪਹਿਲੇ ਵਾਲਾ ਦੇਖ ਰਹੇ ਹੋ ਇਹ ਦੇ ਅੰਦਰ ਹਨਾ ਇਹ ਆਲਮੋਸਟ 20 25 ਗ੍ਰਾਮ ਦੇ ਕਰੀਬ ਹੈ ਬਿਲਕੁਲ ਸੋ ਇਹ ਨੋਰਮਲ ਵੇਅਰ ਤੇ ਵੀ ਯੂਜ਼ ਕਰ ਸਕਦੇ ਬਿਲਕੁਲ ਮੈਨੂੰ ਮੈਨੂੰ ਯਾਦ ਹੈ ਕਿ ਤੁਸੀਂ ਤੁਹਾਡੇ ਕੋਲ ਦਿਲ ਵਾਲੇ ਜਿਹੜੇ ਪਏ ਹੋਏ ਨੇ ਲੋਕੇਟ ਉਹ ਦਿਲ ਵੀ ਮਿਲਾਉਂਦੇ ਆ ਆਪਸ ਦੇ ਵਿੱਚ ਬਾਇਚਾਸ ਕਿਸੇ ਦਾ ਦਿਲ ਨਾ ਮਿਲਿਆ ਹੋਏ ਔਰ ਦਿਲ ਟੁੱਟਿਆ ਹੋਏ ਕਿਸੇ ਦਾ ਤਾਂ ਉਹ ਦਿਲ ਤੁਸੀਂ ਉੱਥੋਂ ਦੀ ਚੱਕ ਕੇ ਬਕਾਇਦਾ 골ਡ ਦੇ ਵਿੱਚ ਦੇ ਸਕਦੇ ਹੋ ਫਿਰ ਦੇਖੋ ਕਿੰਨੀ ਛੇਤੀ ਦਿਲ ਮਿਲੇਗਾ ਬਿਲਕੁਲ ਬਿਲਕੁਲ ਜੋ ਸਾਡੇ ਵਿਅਰਸ ਨੇ ਆਓ ਦੇਖੋ ਚੀਜ਼ ਦੇਖੋ ਦਿਲ ਜਿਨ੍ਹਾਂ ਦੇ ਨਹੀਂ ਮਿਲੇ ਇਹਨਾਂ ਮਿਲਾ ਲਓ ਬਿਲਕੁਲ ਤੇ ਦਿਲ ਮਿਲਾਓ ਕੁਨਾਲ ਜੁਵਲਰਸ ਤੇ ਆ ਜਾਓ ਆਈ ਤੇ ਯਾ ਲਾਈਟ ਵਧੀਆ ਵਰਗੀ ਦਿਲ ਮਿਲਾਓ ਤੇ ਕੁਨਾਲ ਜੁਵਲਰਸ ਤੇ ਆ ਜਾਓ ਬਿਲਕੁਲ ਔਰ ਜਿਨ੍ਹਾਂ ਨੇ ਹਜੇ ਤੱਕ ਇਹ ਆਪਣੇ ਪਰਪੋਜ਼ ਵੀ ਨਹੀਂ ਕੀਤਾ ਤੁਸੀਂ ਪ੍ਰਪੋਜ਼ ਕਰਨਾ ਚਾਹੁੰਦੇ ਹੋ ਵੈਡਿੰਗ ਰਿੰਗਸ ਵੀ ਬਕਾਇਦਾ ਇੱਥੇ ਇਹਨਾਂ ਦੇ ਕੋਲ ਮੌਜੂਦ ਨੇ ਰਿੰਗ ਤੁਸੀਂ ਰਿੰਗ ਸੈਰੇਮਨੀ ਦੇ ਉੱਤੇ ਵੀ ਦੇ ਸਕਦੇ ਹੋ ਡਾਇਮੰਡਸ ਦੀ ਉਹ ਵੀ ਇਹਨਾਂ ਦੇ ਕੋਲ ਅਵੇਲੇਬਲ ਨੇ ਕਸਟਮਾਈਜ਼ਡ ਤੁਹਾਨੂੰ ਡਾਇਮੰਡ ਰਿੰਗਸ ਵੀ ਬਣਾ ਕੇ ਦਿੰਦੇ ਨੇ ਕਰਨ ਜੀ ਕੁਝ ਕਹਿ ਰਹੇ ਹੋ ਤੁਸੀਂ ਮੈਂ ਕਸਟਮਾਈਜ਼ ਕਰਕੇ ਦਾਂਗੇ ਪ੍ਰਾਈਸ ਰੇਂਜ ਤੁਸੀਂ ਦੱਸੋ ਉਹ ਪ੍ਰਾਈਸ ਰੇਂਜ ਦੇ ਅੰਦਰ ਬਜਟ ਦੇ ਅੰਦਰ ਉਹ ਅਸੀਂ ਪੂਰਾ ਫਿੱਟ ਕਰਕੇ ਦਾਂਗੇ ਯੂ ਡੋਨਟ ਹੈਵ ਟੂ ਸਪੈਂਡ ਐਨੀ ਐਕਸਟਰਾ ਡਾਲਰ ਵਾਟ ਯੂ ਡੋਨਟ ਵਾਂਟ ਟੂ ਕਮ ਇੰਟੂ ਯੂਰ ਬਜਟ ਹਨਾ ਕੀ ਬਾਤ ਹੈ ਤੇ ਆਓ ਦਿਲ ਮਿਲਾਓ ਤੇ ਆ ਜਾਓ ਸਿੱਧਾ ਕੁਨਾਲ ਜੁਐਲਰਸ ਨੂੰ ਫੋਨ ਘੁਮਾਓ ਜੈਕਸਨ ਨਾਈਟਸ ਵਿਕੇ ਆਓ ਕਸ਼ਮੀਰੀ ਚਾਹ ਵੀ ਤੁਸੀਂ ਪਿਓ ਔਰ ਆਪਣੇ ਨਾਲ ਜੇ ਆਏ ਹੋ ਉਹਨਾਂ ਨੂੰ ਵੀ ਪਿਲਾਓ ਆ ਇੱਕ ਕੋਲਰ ਕਾਫੀ ਦਿਨਾਂ ਤੋਂ ਜੁੜੇ ਹੋਏ ਨੇ ਉਹਨਾਂ ਨਾਲ ਗੱਲ ਕਰ ਲੈਨੇ ਫਿਰ ਆ ਸਾਡੇ ਕੋਲ ਸਮਾਂ ਵੀ ਘਟਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਰੋ ਕੋਣ ਬੋਲ ਰਿਹਾ ਕਿੱਥੋਂ ਬੋਲ ਰਿਹਾ ਹਾਂ ਜੀ ਮੈਂ ਲੁਧਿਆਣਾ ਸੀ ਕੋਲ ਜੀ ਕੀ ਕਹਿਣਾ ਚਾਹੋਗੇ ਜੀ ਰੇਟ ਕੀ ਹੈ ਅੱਜਕੱਲ ਰੇਟ ਕੀ ਹੈ ਜੀ ਅੱਜਕੱਲ ਅੱਜ ਦਾ ਬਿਸਕਟ ਦਾ ਰੇਟ ਚੱਲਦਾ ਪਿਆ 1950 ਡਾਲਰ ਜੀ 1950 ਚੱਲ ਰਿਹਾ ਜੀ ਬਿਸਕਟ ਦਾ ਰੇਟ ਥੈਂਕ ਯੂ ਸਰ ਓਕੇ ਜੀ ਤੇ 5163010771 ਤੇ WhatsApp ਤੇ ਤੁਸੀਂ ਫੋਟੋ ਭੇਜੋ ਜਾਂ ਫਿਰ ਗੱਲ ਕਰਨੀ ਹੈ 7184787200 ਤੇ ਫੋਨ ਕਰੋ ਸਿੱਧਾ ਕਰਨ ਭਾਜੀ ਦੇ ਕੋਲ ਆਓ ਔਰ ਆਪਣੇ ਦਿਲ ਮਿਲਾਓ ਇਹ ਦਿਲ ਘਾਟੀ ਮਿਲਦੇ ਨੇ ਪਰ ਕਰਨ ਭਾਜੀ ਦੇ ਕੋਲ ਆ ਕੇ ਬਕਾਇਦਾ ਮਿਲ ਜਾਂਦੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਔਰ ਤੁਸੀਂ ਆਪਣੀ ਵੈਡਿੰਗ ਦੇ ਵਿੱਚ ਵੀ ਵਧੀਆ ਜਿਹਾ ਨੈਕਲੈਸ ਪਾ ਕੇ ਚਾਰ ਚੰਨ ਲਗਾਓ ਆ ਦੇਖੋ ਰਾਣੀ ਹਾਰ ਜਿਹੜਾ ਹੈ ਇਹ ਆਪਣੀਆਂ ਆਪ ਚ ਇੱਕ ਮਾਈਲਸਟੋਨ ਹੈ ਬਹੁਤ ਮਜ਼ਾ ਆਂਦਾ ਜਦ ਮੈਂ ਜਾਨਾ ਬਹੁਤ ਵਧੀਆ ਪਰਸਨੈਲਿਟੀ ਵੀ ਨੇ ਕਰਨ ਪਾਜੀ ਬਹੁਤ ਹੰਬਲ ਔਰ ਬਹੁਤ ਡਾਊਨ ਟੂ ਅਰਥ ਐਂਡ ਆਲਵੇਸ ਰੈਡੀ ਟੂ ਹੈਲਪ ਯੂ ਇਨ ਐਨੀ ਵੇ ਥੈਂਕ ਯੂ ਵੈਰੀ ਮੱਚ ਕਰਨ ਪਾਜੀ ਅੱਜ ਤੁਸੀਂ ਸਾਨੂੰ ਜੁਆਇਨ ਕੀਤਾ ਅਸੀਂ ਲਾਈਵ ਤੁਹਾਡੇ ਨਾਲ ਆਏ ਨੈਕਸਟ ਵੀਕ ਵੀ ਇਸੇ ਤਰੀਕੇ ਨਾਲ ਲਾਈਵ ਆਵਾਂਗੇ ਔਰ ਤੁਹਾਨੂੰ ਦੱਸਦੇ ਰਾਵਾਂਗੇ ਕੀ ਐ 골ਡ ਦੇ ਵਿੱਚ ਨਵਾਂ ਔਰ ਕਿਵੇਂ ਕਰਨ ਸਾਨੂੰ ਗਾਈਡ ਕਰਨਗੇ ਕਿ 골ਡ ਨੂੰ ਕਿਵੇਂ ਬਾਏ ਕਰਨਾ ਚਾਹੀਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਨਹੀਂ ਦਵੋ ਮੈਨੂੰ ਇਜਾਜ਼ਤ ਧੰਨਵਾਦ ਆਪਣੇ ਆਪ ਨੂੰ ਖੁਸ਼ ਰੱਖੋ ਔਰ ਹਾਂ ਸਭ ਤੋਂ ਜ਼ਿਆਦਾ ਆਪਣੀ ਵਾਈਫ ਨੂੰ ਜੁਰ ਖੁਸ਼ ਰੱਖੋ ਯਾ ਧੰਨਵਾਦ ਸਤ ਸ੍ਰੀ ਅਕਾਲ